ਅਸਲਾਮ ਵਾਲੇਕੁਮ। ਇੱਕ ਚੀਜ਼ ਮੈਂ ਵੀ ਤੁਸੀਂ ਓਬਜ਼ਰਵ ਕੀਤੀ ਹੋਏ, ਅਸੀਂ ਜਿੰਨੇ ਵੀ ਲੋਕ ਬਾਹਰ ਰਹਿੰਦੇ ਨੇ ਉਹ ਕਿਸੇ ਵੀ ਕੰਟਰੀ ਵਿੱਚ ਨੇ, ਪੋਲੀਟੀਕਲ ਪੋਸਟ ਬਹੁਤ ਜ਼ਿਆਦਾ ਕਰਦੇ ਨੇ। ਸ਼ਾਇਦ ਇਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਕਿਹੜਾ ਕਿਸੇ ਨੇ ਆ ਕੇ ਚੁੱਕਣਾ, ਅਤੇ ਜ਼ਿਆਦਾ ਖੁੱਲ੍ਹ ਕੇ ਵਲਗਰ ਪੋਸਟ ਵੀ ਕਰਦੇ ਨੇ, ਜ਼ਿਆਦਾ ਖੁੱਲ੍ਹ ਕੇ ਐਵੇਂ ਪੋਸਟਾਂ ਕਰਦੇ ਨੇ। ਲੇਕਿਨ ਇਹ ਉਹ ਲੋਕ ਨੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਹੈ, ਬਹੁਤ ਜ਼ਿਆਦਾ ਇਨਫੋਰਮੇਸ਼ਨ ਨੇ। ਮਤਲਬ ਕੋਈ ਲੋਕ ਐਸੇ ਨੇ ਜਿਹੜੇ ਸਟੱਡੀ ਵੀਜ਼ਾ 'ਤੇ ਗਿਆ ਅੱਜ ਤੋਂ 5-10 ਸਾਲ ਪਹਿਲਾਂ, ਅਤੇ ਹੁਣ ਉਹ ਮੁਲਕਾਂ 'ਚ ਸੈਟਲ ਹੋ ਚੁੱਕੇ ਨੇ। ਕੁਝ ਐਸੇ ਨੇ ਜਿਹੜੇ ਨੈਸ਼ਨੈਲਿਟੀਜ਼ ਲੈਣੇ ਦੇ ਕਰੀਬ ਨੇ, ਕੁਝ ਐਸੇ ਨੇ ਜਿਹੜੇ ਫਰੈਸ਼ਲੀ ਗਏ ਨੇ, ਉਹ ਡਿਫਰੈਂਟ ਯੂਰਪੀਅਨ ਕੰਟਰੀਜ਼ ਵਿੱਚ ਨੇ, ਚਾਈਨਾ ਵਿੱਚ ਨੇ, ਜਪਾਨ ਵਿੱਚ ਨੇ, ਔਰ ਬਹੁਤ ਸਾਰੀਆਂ ਜਗ੍ਹਾ 'ਤੇ ਨੇ। ਜਾਂ ਦੂਸਰੀ ਇਹਨਾਂ ਦੀ ਪੋਸਟ ਜਿਹੜੀ ਹੋਏਗੀ, ਉਹ ਕਹਿੰਦੀ ਹੋਏਗੀ ਕਿ ਜਨਾਬ ਕੋਈ ਬੰਦਾ ਬੱਸ ਤੋਂ ਲੈ ਚੜ ਰਿਹਾ ਹੋਏਗਾ, ਕੋਈ ਬੰਦਾ ਪਾਕਿਸਤਾਨੀ ਫੂਡ ਬੁਆਏ ਖਾ ਰਿਹਾ ਅਤੇ ਉਹਦੀ ਵੀਡੀਓ ਲਾ ਦੇਗਾ, ਜਾਂ ਇੱਕ ਇੱਥੋਂ ਨੁੱਕਰ ਤੋਂ ਨਿਕਲਣ ਦੇ ਜਵਾਨ ਅਤੇ ਇੰਜ ਉੱਤੇ ਉਹ ਕੈਪ ਕੱਟ ਦਾ ਸ਼ਸ਼ਕਾ ਜਿਹਾ ਵੱਜੇਗਾ ਅਤੇ ਪਿੱਛੇ ਸਿੱਧੂ ਮੂਸੇਵਾਲੇ ਦਾ ਗਾਣਾ ਛੱਡਿਆ ਹੋਏਗਾ ਅਤੇ ਅੱਜ ਜਨਾਬ ਚੌਧਰੀ ਸਾਹਿਬ ਜਾ ਰਹੇ ਹੁੰਦੇ। ਹੁਣ ਐਡਾ ਯੂਜ਼ਫੁਲ ਨੌਲੇਜ ਹੋਣੇ ਦੇ ਬਾਵਜੂਦ ਤੁਸੀਂ ਇਹਦੀਆਂ ਪੋਸਟਾਂ ਹੀ ਜੇ ਸਿਰਫ ਕਰਦੇ ਹੋ, ਅਤੇ ਮੇਰਾ ਖਿਆਲ ਇਹ ਤੁਸੀਂ ਆਪਣਾ ਨੌਲੇਜ ਵੇਸਟ ਕਰ ਰਹੇ ਹੋ ਜਾਂ ਉਹਨੂੰ ਕਿਸੇ ਤਰੀਕੇ ਉਹਨੂੰ ਛੁਪਾ ਰਹੇ ਹੋ। ਆਈ ਡੋਂਟ ਨੋ ਕਿਉਂ ਤੁਸੀਂ ਛੁਪਾ ਰਹੇ ਹੋ ਇਹਨਾਂ 'ਚ। ਕਿਸੇ ਹੱਦ ਤੱਕ ਮੈਂ ਵੀ ਆਉਂਦਾ, ਮੇਰੇ ਕੋਲ ਵੀ ਮੇ ਬੀ ਐਸੀ ਬਹੁਤ ਸਾਰੀ ਇਨਫੋਰਮੇਸ਼ਨ ਹੋਏਗੀ ਜਿਹੜੀਆਂ ਮੈਨੂੰ ਚੀਜ਼ਾਂ ਪਤਾ ਨੇ, ਲੇਕਿਨ ਮੈਂ ਵੀ ਚੀਜ਼ਾਂ ਉਸ ਤਰ੍ਹਾਂ ਸ਼ੇਅਰ ਨਹੀਂ ਕਰਦਾ ਹੈ। ਅਤੇ ਮੈਂ ਹੁਣ ਇੱਕ ਇਰਾਦਾ ਕੀਤਾ ਵੇ ਕਿ ਮੇਰੇ ਜਿਹੜੇ ਪਬਲਿਕ ਪਲੇਟਫਾਰਮ ਨੇ ਜਿਨ੍ਹਾਂ 'ਚ ਮੇਰਾ ਫੇਸਬੁੱਕ ਪੇਜ ਹੈ ਅਤੇ ਉਸ ਤੋਂ ਬਾਅਦ ਯੂਟਿਊਬ ਚੈਨਲ ਹੈ, ਇਹਦੇ 'ਤੇ ਮੈਂ ਸਿਰਫ ਐਸੀਆਂ ਵੀਡੀਓਜ਼ ਅਪਲੋਡ ਕਰਾਂਗਾ ਜਿਨ੍ਹਾਂ ਦਾ ਕੋਈ ਮਕਸਦ ਹੋਏਗਾ, ਜਿਨ੍ਹਾਂ 'ਚ ਕੋਈ ਐਸਾ ਨੌਲੇਜ ਹੋਏਗਾ ਜਿਹਦੇ ਨਾਲ ਮੇ ਬੀ ਦੂਸਰਿਆਂ ਦੀ ਲਾਈਫ ਬੈਟਰ ਹੋ ਸਕਦੀ ਹੈ, ਜਾਂ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਉਹ ਤੁਹਾਨੂੰ ਪਤਾ ਚੱਲ ਜਾਏਗੀ। ਇਹਦੇ 'ਚ ਮੇਰੇ ਕੋਲ ਫਿਲਹਾਲ ਜਿਹੜਾ ਨੌਲੇਜ ਹੈ ਉਹ 3 ਤਰ੍ਹਾਂ ਦਾ ਤੁਸੀਂ ਨੌਲੇਜ ਕਹਿ ਸਕਦੇ ਹੋ ਮੇਰੇ ਕੋਲ ਐਸਾ ਮੌਜੂਦ ਹੈ। ਇੱਕ ਤਾਂ ਕੰਪਿਊਟਰ ਸਾਇੰਸ ਤੋਂ ਰਿਲੇਟਿਡ ਹੈ ਕਿਉਂਕਿ ਉਹ ਮੇਰਾ ਮੇਜਰ ਹੈ। ਸੈਕਿੰਡ ਚਾਈਨਾ ਦਾ ਲਾਈਫ ਸਟਾਈਲ ਹੈ, ਕਿਉਂਕਿ ਚਾਈਨਾ 'ਚ ਰਹਿੰਦੇ ਆ ਮੈਨੂੰ 5 ਸਾਲ ਤਕਰੀਬਨ ਹੋ ਚੱਲੇ ਨੇ, ਅਤੇ ਚਾਈਨਾ ਦੇ ਲਾਈਫ ਸਟਾਈਲ 'ਚ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਕਲਚਰ 'ਚ ਮੌਜੂਦ ਨਹੀਂ, ਕੁਝ ਐਸੀਆਂ ਚੀਜ਼ਾਂ ਨੇ ਇਹਨਾਂ ਦੇ ਕਲਚਰ 'ਚ ਮੌਜੂਦ ਨਹੀਂ, ਅਤੇ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਸਾਡੇ ਪਾਕਿਸਤਾਨ ਨੂੰ ਜਾਂ ਸਾਡੇ ਆਵਾਮ ਨੂੰ ਫਾਇਦਾ ਹੋ ਸਕਦਾ ਜੇ ਉਹ ਚੀਜ਼ਾਂ ਦਾ ਤੁਹਾਨੂੰ ਪਤਾ ਚੱਲੇਗਾ। ਔਨਲਾਈਨ ਸ਼ਾਪਿੰਗ ਹੋ ਸਕਦੀ ਹੈ, ਔਨਲਾਈਨ ਸ਼ਾਪਿੰਗ ਦੇ ਤਰੀਕੇ ਹੋ ਸਕਦੇ ਨੇ, ਡਿਫਰੈਂਟ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੋ ਸਕਦੀ ਹੈ, ਚੀਜ਼ਾਂ ਕਿੰਝ ਆਈਡੈਂਟੀਫਾਈ ਕਰੀ ਦੀਆਂ ਨੇ, ਫਾਰ ਐਗਜ਼ਾਮਪਲ ਟੈਕਨੋਲੋਜੀ ਤੋਂ ਰਿਲੇਟਿਡ ਚੀਜ਼ਾਂ ਕਿੰਝ ਆਈਡੈਂਟੀਫਾਈ ਕਰੀ ਦੀਆਂ ਨੇ, ਅੱਛੀ ਅਤੇ ਬੁਰੀ ਚੀਜ਼ ਦਾ ਡਿਫਰੈਂਸ ਕਿੰਝ ਕੱਢੀ ਦਾ, ਇਹਦੀਆਂ ਕੁਝ ਐਸੀ ਇਨਫੋਰਮੇਸ਼ਨ ਨੇ ਜਿਹੜੀ ਸ਼ਾਇਦ ਮੈਨੂੰ ਕਹਿ ਲਓ ਕਿ ਮੈਂ ਡਿਲੀਵਰ ਕਰ ਸਕਦਾ ਵਾਂ। ਅਤੇ ਮੈਂ ਫਲੋ ਵਿੱਚ ਤੀਜੀ ਚੀਜ਼ ਕਹਿਣਾ ਭੁੱਲ ਗਿਆ, ਤੀਸਰੀ ਚੀਜ਼ ਮੈਨੂੰ ਮਾੜੀ ਮੋਟੀ ਚਾਈਨੀਜ਼ ਲੈਂਗੁਏਜ ਆਉਂਦੀ ਹੈ, ਮੈਂ HSK3 ਪਾਸ ਕੀਤੇ ਆ, ਅਤੇ ਤੀਸਰੀ ਮੇਰੀ ਵੀਡੀਓਜ਼ ਜਿਹੜੀਆਂ ਆਉਂਦੀਆਂ ਇਹਦੇ ਤੋਂ ਰਿਲੇਟਿਡ ਹੁੰਦੀਆਂ, ਠੀਕ ਹੈ। ਅਤੇ ਨੈਕਸਟ ਮੇਰਾ ਇਰਾਦਾ ਇਹੀ ਹੈ ਕਿ ਮੈਂ ਸਿਰਫ ਇਹਦੀਆਂ ਵੀਡੀਓਜ਼ ਅਪਲੋਡ ਕਰਾਂਗਾ ਜਿਹੜੀਆਂ ਯੂਜ਼ਫੁੱਲ ਹੋਣ, ਅਤੇ ਜੇ ਤੁਸੀਂ ਵੀ ਮੇਰੀ ਵੀਡੀਓ ਵੇਖ ਰਹੇ ਹੋ, ਤੁਹਾਡੇ ਕੋਲ ਵੀ ਕੋਈ ਐਸਾ ਨੌਲੇਜ ਮੌਜੂਦ ਹੈ ਕਿ ਬਜਾਏ ਆ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਗਾਣੇ ਪ੍ਰਮੋਟ ਕਰੋ, ਅਤੇ ਤੁਸੀਂ ਜਨਾਬ ਕੈਪਕਟ ਦੇ ਜਿਹੜੇ ਨੇ ਟੈਂਪਲੇਟ ਪ੍ਰਮੋਟ ਕਰੋ, ਕੋਸ਼ਿਸ਼ ਕਰੋ ਕਿ ਕੋਈ ਐਸੀ ਨੌਲੇਜ ਸ਼ੇਅਰ ਕਰੋ, ਐਸੀ ਇਨਫੋਰਮੇਸ਼ਨ ਸ਼ੇਅਰ ਕਰੋ ਜਿਹੜੀ ਦੂਸਰਿਆਂ ਵਾਸਤੇ ਯੂਜ਼ਫੁੱਲ ਹੋਏ, ਅਤੇ ਤੁਹਾਡੇ ਵਾਸਤੇ ਵੀ ਉਹ ਯੂਜ਼ਫੁੱਲ ਹੋਏਗੀ। ਤੁਹਾਡੇ ਵਾਸਤੇ ਕਿੰਝ ਹੋਏਗੀ ਕਿ ਇੱਕ ਹਦੀਸ ਹੈ, ਸ਼ਾਇਦ ਤੁਹਾਨੂੰ ਪਤਾ ਹੀ ਹੋਏਗੀ ਕਿ ਮਰਨੇ ਤੋਂ ਬਾਅਦ 3 ਚੀਜ਼ਾਂ ਜਿਹੜੀਆਂ ਨੇ ਉਹ ਸਦਕਾ ਜਾ ਰਹੀ ਹੈ, ਅਤੇ ਉਹਨਾਂ 'ਚੋਂ ਇੱਕ ਜਿਹੜਾ ਯੂਜ਼ਫੁੱਲ ਨੌਲੇਜ ਹੈ, ਬਾਕੀ 2 ਜਿਹੜੀਆਂ ਨੇ ਉਹ ਵੀਡੀਓ ਲੰਬੀ ਨਹੀਂ ਕਰਦੇ, ਅਤੇ ਇੱਕ ਉਹਨਾਂ 'ਚੋਂ ਇਨਫੋਰਮੇਸ਼ਨ ਜਿਹੜੀ ਇੱਕ ਜਿਹੜੀ ਚੀਜ਼ ਹੈ ਉਹ ਸਦਕਾ ਜਾ ਰਹੀ ਆ, ਯੂਜ਼ਫੁੱਲ ਨੌਲੇਜ ਹੈ, ਤਾਂ ਮੇ ਬੀ ਤੁਸੀਂ ਕੋਈ ਐਸਾ ਨੌਲੇਜ ਡਿਲੀਵਰ ਕਰੋ ਜਿਹਦੇ ਵਜ੍ਹਾ ਨਾਲ ਕਿਸੇ ਦੀ ਲਾਈਫ ਬੈਟਰ ਹੋ ਜਾਏ, ਅਤੇ ਉਹਦਾ ਤੁਹਾਨੂੰ ਸਵਾਬ ਮਿਲੇਗਾ, ਔਰ ਵੀਡੀਓ ਹਮੇਸ਼ਾ ਕਿਉਂਕਿ ਅਪਲੋਡ ਰਹੇਗੀ, ਅਤੇ ਪਤਾ ਨਹੀਂ ਕਿੰਨਾ ਤੁਹਾਨੂੰ ਉਹਦੀ ਵਜ੍ਹਾ ਤੋਂ ਸਵਾਬ ਮਿਲਦਾ ਰਹੇਗਾ। ਅਤੇ ਲੇਕਿਨ ਜਿਹੜੀਆਂ ਤੁਸੀਂ ਬੱਸ ਤੋਂ ਲੈਂਦੇ ਆ ਚੜ੍ਹਦੇ ਆ ਵੀਡੀਓ ਲਾਉਂਦੇ ਹੋ, ਅਤੇ ਉਹ ਨੁੱਕਰਾਂ 'ਚੋਂ ਨਿਕਲ ਕੇ ਜਨਾਬ ਸੂਟ ਪਾ ਕੇ ਵੀਡੀਓ ਲਾਉਂਦੇ ਹੋ, ਇਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ, ਠੀਕ ਹੈ। ਜਾਂ ਸਿਰਫ ਆਪਣੀ ਅੰਮੀ ਨੂੰ ਸਿੱਧੀਆਂ ਸੈਂਡ ਕਰ ਲਿਆ ਕਰੋ।